Hello, my dear students of 10th class. ਬੇਟਾ ਜੀ ਲੈਕਚਰਸ ਤੁਹਾਡੇ ਚੱਲ ਰਹੇ ਆ ਰੋਜ਼ ਮੈਟਲਸ ਐਂਡ ਨਾਨ ਮੈਟਲਸ ਦਾ ਲੈਕਚਰ ਅਸੀਂ ਕੀ ਹੈ ਕਰ ਰਹੇ ਹਾਂ ਅਤੇ ਠੀਕ ਹੈ ਜੀ ਆਪਾਂ ਕਾਫੀ ਕੁਛ ਕੱਲ੍ਹ ਡਿਸਕਸ ਕੀਤਾ ਸੀ ਮੈਂ ਕਾਫੀ ਕੁਛ ਤੁਹਾਨੂੰ ਸਮਝਾਇਆ ਸੀ ਤੁਹਾਡੀਆਂ ਕੱਚੀਆਂ ਧਾਤਾਂ ਦੀ ਕਿੱਦਾਂ ਆਪਾਂ ਕਰਨੀ ਹੈ ਸਾਰਾ ਕੁਛ ਕੱਚੀਆਂ ਧਾਤਾਂ ਦਾ ਸੰਘਣਾਪਨ ਮੈਂ ਤੁਹਾਨੂੰ ਉਹ 'ਚ ਕਹਿੰਗੀ ਉਹ ਐਕਸਪਲੇਨ ਕੀਤਾ ਸੀ ਸਾਰਾ ਕੁਛ ਪਰ ਅੱਜ ਜਿਹੜੀ ਆਪਾਂ ਕਰ ਅਗਲੀ ਗੱਲ ਕਰਨ ਜਾ ਰਹੇ ਹਾਂ ਜਿਹੜੀ ਮੈਂ ਤੁਹਾਨੂੰ ਚਾਰਟ ਦੇ ਵਿੱਚ ਸਮਝਾਈ ਸੀ ਲੈਟਸ ਕਮ ਅਗੇਨ ਟੂ ਹੇਅਰ ਦੈਟ ਕਿ ਮੈਟਲਸ ਆਫ ਮੀਡੀਅਮ ਰਿਐਕਟੀਵਿਟੀ ਦੀ ਗੱਲ ਕਰਨ ਜਾ ਰਹੇ ਹਾਂ ਮੀਡੀਅਮ ਰਿਐਕਟੀਵਿਟੀ 'ਚ ਮੈਂ ਤੁਹਾਨੂੰ ਕਿਹਾ ਸੀ ਕਿ ਦੋ ਚੀਜ਼ਾਂ ਆਪਾਂ ਕਵਰ ਕਰਾਂਗੇ ਕਾਰਬੋਨੇਟ ਔਰ ਅਤੇ ਸਲਫਾਈਡ ਔਰ ਲਈ ਦੈਟ ਇਜ਼ ਕੈਲਸੀਨੇਸ਼ਨ ਐਂਡ ਰੋਸਟਿੰਗ ਇੱਥੇ ਉਹਦੀ ਡੈਫੀਨੇਸ਼ਨ ਦਿੱਤੀ ਹੋਈ ਹੈ ਪਰ ਮੈਂ ਤੁਹਾਨੂੰ ਇਹਦਾ ਵਿਦ ਐਗਜ਼ਾਮਪਲਸ ਥੋੜ੍ਹਾ ਜਿਹਾ ਦੱਸਣਾ ਚਾਹੁੰਦੀ ਹਾਂ ਬੇਟਾ ਜੀ ਰੋਸਟਿੰਗ ਕੀ ਹੁੰਦੀ ਹੈ ਸਭ ਤੋਂ ਪਹਿਲੇ ਤਾਂ ਮੈਂ ਤੁਹਾਨੂੰ ਇਹੀ ਗੱਲ ਕਹੀ ਸੀ ਕਿ ਰੋਸਟਿੰਗ ਨੂੰ ਆਪਾਂ ਕਵਾਂਗੇ ਭੁੰਨਣਾ ਠੀਕ ਹੈ ਜੀ ਰੋਸਟਿੰਗ ਨੂੰ ਮੈਂ ਤੁਹਾਨੂੰ ਇਹੀ ਕਿਹਾ ਸੀ ਕਿ ਆਪਾਂ ਭੁੰਨਣਾ ਕਵਾਂਗੇ ਜਦੋਂ ਆਪਾਂ ਕਿਸੇ ਚੀਜ਼ ਨੂੰ ਭੁੰਨਦੇ ਹਾਂ ਅਤੇ ਉਹਨੂੰ ਆਪਾਂ ਕੀ ਕਹਿੰਦੇ ਹਾਂ ਕਿ ਉਸ ਚੀਜ਼ ਨੂੰ ਆਪਾਂ ਰੋਸਟ ਕਰ ਰਹੇ ਹਾਂ ਜਿਹੜੀ ਕਿਰਿਆਸ਼ੀਲਤਾ ਲੜੀ ਵਿੱਚ ਸਭ ਤੋਂ ਹੇਠਾਂ ਆਉਣ ਵਾਲੀਆਂ ਧਾਤਾਂ ਹੁੰਦੀਆਂ ਨਾ ਜਿਹੜੀਆਂ ਬਹੁਤ ਜ਼ਿਆਦਾ ਅਕਿਰਿਆਸ਼ੀਲ ਹੁੰਦੀਆਂ ਉਹ ਵੀ ਮੈਂ ਤੁਹਾਡੇ ਨਾਲ ਇੱਥੇ ਗੱਲ ਕੀਤੀ ਸੀ ਆਹ ਦੇਖੋ ਜੀ ਕਿ ਬਹੁਤ ਜ਼ਿਆਦਾ ਜਿਹੜੀਆਂ ਅਕਿਰਿਆਸ਼ੀਲ ਧਾਤਾਂ ਹੈ ਉਹਨਾਂ ਲਈ ਵੀ ਆਪਾਂ ਰੋਸਟਿੰਗ ਜਿਹੜਾ ਪ੍ਰੋਸੀਜਰ ਹੈ ਉਹੀ ਅਪਣਾਉਂਦੇ ਹਾਂ ਦੈਟ ਇਜ਼ ਮੈਟਲਸ ਆਫ ਲੋ ਰਿਐਕਟੀਵਿਟੀ ਠੀਕ ਹੈ ਜੀ ਰੋਸਟਿੰਗ ਆਪਾਂ ਕਿਹਦੇ ਲਈ ਕਰਦੇ ਹਾਂ ਜੀ ਰੋਸਟਿੰਗ ਆਪਾਂ ਸਲਫਾਈਡ ਔਰਸ ਲਈ ਕਰਦੇ ਹਾਂ ਜਦੋਂ ਉਹਨਾਂ ਨੂੰ ਆਪਾਂ ਆਕਸਾਈਡ 'ਚ ਟ੍ਰਾਂਸਫਰ ਕਰ ਦਿੰਦੇ ਹਾਂ ਬਾਈ ਸਟਰੋਂਗਲੀ ਹੀਟਿੰਗ ਇਨ ਦ ਐਕਸੈਸ ਆਫ ਏਅਰ ਇਹ ਗੱਲ ਯਾਦ ਕਰਨੀ ਬਹੁਤ ਜ਼ਰੂਰੀ ਹੈ ਕਿ ਉਹਨਾਂ ਨੂੰ ਆਪਾਂ ਗਰਮ ਕਰਦੇ ਹਾਂ ਧਾਤਾਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ ਇਹਦੀ ਆਪਾਂ ਐਗਜ਼ਾਮਪਲ ਇੱਥੇ ਨੇ ZnS ਲਈ ਹੈ ਪਲੱਸ ਆਕਸੀਜਨ ZnO ਪਲੱਸ SO2 ਇਹਦੇ ਨਾਲ ਤੁਸੀਂ ਹੋਰ ਵੀ ਐਗਜ਼ਾਮਪਲ ਲੈ ਸਕਦੇ ਹੋ ਜਿੱਦਾਂ ਕਿ HGS ਦੈਟ ਇਜ਼ HGS ਜਿਹਨੂੰ ਆਪਾਂ ਕਹਿੰਦੇ ਹਾਂ ਸਿਨਾਬਾਰ ਕੀ ਕਹਿ ਦਿੰਦੇ ਹਾਂ ਸਿਨਾਬਾਰ ਠੀਕ ਹੈ ਔਰ ਸਿਨੇਬਾਰ ਨੂੰ ਜਦੋਂ ਤੁਸੀਂ ਐਕਸੈਸ ਆਫ ਆਕਸੀਜਨ ਦੇ ਵਿੱਚ ਹੀਟ ਕਰਦੇ ਹੋ ਗਰਮ ਕਰਦੇ ਹੋ ਦੇਰ ਇਜ਼ ਅ ਫੋਰਮੇਸ਼ਨ ਆਫ HGO ਪਲੱਸ ਸਲਫਰ ਡਾਈਆਕਸਾਈਡ ਠੀਕ ਹੈ ਜੀ ਗਰਮ ਕਰਦੇ ਹੋ ਜਦੋਂ ਤਾਂ ਦੇਅਰ ਇਜ਼ ਅ HGS ਫੋਰਮੇਸ਼ਨ ਉਹਦੀ ਹੋ ਜਾਏਗੀ ਸਲਫਰ ਡਾਈਆਕਸਾਈਡ ਦੀ ਔਰ ਠੀਕ ਹੈ ਨਾ ਜੀ ਇਹੀ HGO ਨੂੰ ਅਸੀਂ ਦੁਬਾਰਾ ਗਰਮ ਕਰਦੇ ਹਾਂ ਜੀ ਇਹੀ HGO ਨੂੰ ਜਦੋਂ ਅਸੀਂ ਗਰਮ ਕਰਦੇ ਹਾਂ ਤਾਂ ਦੇਅਰ ਇਜ਼ ਅ ਫੋਰਮੇਸ਼ਨ ਆਫ ਮਰਕਲੀ ਪਲੱਸ ਆਕਸੀਜਨ ਠੀਕ ਹੈ ਜੀ ਔਰ ਇਹਦੇ ਨਾਲ ਜਿਹੜੀ ਲੋਅ ਰਿਐਕਟੀਵਿਟੀ ਜਿਹੜੇ ਹੈਗੇ ਆ ਉਹ ਤੁਹਾਡੇ ਵਾਪਸ ਆ ਜਾਂਦੇ ਨੇ ਤੁਹਾਡੇ ਲੋਅਰ ਐਕਟੀਵਿਟੀ ਦੀ ਐਗਜ਼ਾਮਪਲ ਮੈਂ ਤੁਹਾਨੂੰ ਦਿੱਤੀ ਹੈ ਸਪੈਸ਼ਲੀ ਫੋਰ ਦ ਕਿਰਿਆਸ਼ੀਲਤਾ ਲੜੀ ਵਿੱਚ ਸਭ ਤੋਂ ਹੇਠਾਂ ਆਉਣ ਵਾਲੀਆਂ ਧਾਤਾਂ ਠੀਕ ਹੈ ਨਾ ਲੋਅਰ ਐਕਟੀਵਿਟੀ ਦੀ ਇਹ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਹੈ ਮਰਕਰੀ ਦੀ ਠੀਕ ਹੈ ਜੀ ਇੱਦਾਂ ਤੁਸੀਂ ਉਹਨੂੰ ਬਾਹਰ ਮਰਕਰੀ ਨੂੰ ਤੁਸੀਂ ਕੱਢ ਸਕਦੇ ਹੋ ਠੀਕ ਹੈ ਇਹੀ ਆਪਾਂ ਪ੍ਰੋਸੀਜਰ ਉੱਪਰ ਕੀਤਾ ਜਿਹਦੀ ਆਪਾਂ ਐਗਜ਼ਾਮਪਲ ਨੂੰ ਸਮਝਿਆ ਠੀਕ ਹੈ ਜੀ ਆਪਾਂ ਕੀ ਕਿਹਾ ਸੀ ਆਪਾਂ ਕਿਹਾ ਸੀ ਜੀ ਸਲਫਾਈਡ ਔਰ ਲਵਾਂਗੇ ਸਲਫਾਈਡ ਔਰ ਲਵਾਂਗੇ ਉਹਨੂੰ ਭੁੰਨਾਂਗੇ ਤੁਹਾਡੇ ਕੋਲ ਮੈਟਲ ਆ ਜਾਏਗਾ ਠੀਕ ਹੈ ਰਿਫਾਈਨਿੰਗ ਆਪਾਂ ਬਾਅਦ 'ਚੋਂ ਇਕੱਠੀ ਕਰਾਂਗੇ ਚਲੋ ਜੀ ਉਹ ਤੋਂ ਬਾਅਦ ਕੈਲਸੀਨੇਸ਼ਨ ਦੀ ਗੱਲ ਕਰਦੇ ਹਾਂ ਕੈਲਸੀਨੇਸ਼ਨ ਤੋਂ ਪਹਿਲੇ ਅਗਰ ਮੈਂ ਤੁਹਾਨੂੰ ਕਹਾਂ ਕਿ ਮਤਲਬ ਅਗਰ ਪ੍ਰਕਿਰਤਿਕ ਰੂਪ 'ਚ ਜੇ ਸਾਨੂੰ ਕੋਈ ਸਲਫਾਈਡ ਮਿਲਦਾ ਮੰਨ ਲਓ CU2S ਠੀਕ ਹੈ ਕੱਚੀ ਧਾਤ ਨੂੰ ਹਵਾ ਵਿੱਚ ਗਰਮ ਕਰਕੇ ਕਾਪਰ ਉਪਲਬਧ ਹੋ ਜਾਂਦਾ ਜਿੱਦਾਂ CU2S ਨੂੰ ਆਪਾਂ ਆਕਸੀਜਨ 'ਚ ਹੀਟ ਕਰਦੇ ਹਾਂ ਐਂਡ ਦੇਅਰ ਇਜ਼ ਅ ਫੋਰਮੇਸ਼ਨ ਆਫ CU2O ਪਲੱਸ ਸਲਫਰ ਡਾਈਆਕਸਾਈਡ ਔਰ ਜੇ CU2O ਨੂੰ ਤੁਸੀਂ ਡਾਇਰੈਕਟਲੀ ਵੀ ਤੁਸੀਂ ਇਹਦੇ ਨਾਲ ਗਰਮ ਕਰੋ ਤਾਂ ਦੇਅਰ ਇਜ਼ ਅ ਫੋਰਮੇਸ਼ਨ ਆਫ ਕਾਪਰ ਪਲੱਸ ਸਲਫਰ ਡਾਈਆਕਸਾਈਡ ਠੀਕ ਹੈ ਜੀ ਕੈਲਸੀਨੇਸ਼ਨ ਦੀ ਗੱਲ ਤੁਹਾਡੇ ਨਾਲ ਕਰਾਂਗੀ ਮੈਂ ਇਹ ਜਿਹੜੀ ਜ਼ਿੰਕ ਦੀ ਐਗਜ਼ਾਮਪਲ ਦਿੱਤੀ ਹੋਈ ਹੈ ਤੁਹਾਨੂੰ ਬੇਸਿਕਲੀ ਦਿਸ ਇਜ਼ ਫੋਰ ਦ ਜਿਹੜੇ ਰਿਐਕਟੀਵਿਟੀ ਸੀਰੀਜ਼ 'ਚ ਸੈਂਟਰ 'ਚ ਹੈ ਯਾਨੀ ਕਿ ਮਿਡਲ ਲਈ ਠੀਕ ਹੈ ਜੀ ਜ਼ਿੰਕ ਸਲਫਾਈਡ ਜਦੋਂ ਵੀ ਆਕਸੀਜਨ ਨਾਲ ਕਿਰਿਆ ਕਰੇਗਾ ਜ਼ਿੰਕ ਆਕਸਾਈਡ ਪਲੱਸ ਸਲਫਰ ਡਾਈਆਕਸਾਈਡ ਜ਼ਿੰਕ ਆਇਰਨ ਲੈਡ ਨਾ ਕਾਪਰ ਇਹਨਾਂ ਦਾ ਈਜ਼ੀਲੀ ਹੋ ਜਾਂਦਾ ਇੱਦਾਂ ਹੀ ਇਹਨਾਂ ਲਈ ਦੋ ਪ੍ਰੋਸੀਜਰ ਹੀ ਅਸੀਂ ਆਪਾਂ ਅਪਣਾਉਂਦੇ ਹਾਂ ਇੱਕ ਤਾਂ ਆਪਾਂ ਜਾਂ ਰੋਸਟਿੰਗ ਕਰਤੀ ਜਾਂ ਰੋਸਟਿੰਗ ਕਰਤੀ ਦੇਅਰ ਇਜ਼ ਅ ਫੋਰਮੇਸ਼ਨ ਆਫ ਜ਼ਿੰਕ ਆਕਸਾਈਡ ਜਾਂ ਫਿਰ ਕੈਲਸੀਨੇਸ਼ਨ ਕਰਤੀ ਕੈਲਸੀਨੇਸ਼ਨ ਆਪਾਂ ਕਿਹਦੇ ਲਈ ਕਰਦੇ ਹਾਂ ਕਾਰਬੋਨੇਟ ਔਨ ਔਰ ਲਈ ਮੈਂ ਤਾਂ ਹੀ ਤੁਹਾਨੂੰ ਕਿਹਾ ਸੀ ਕਿ ਇਹ ਚਾਰਟ ਤੁਸੀਂ ਕਾਪੀਆਂ ਦੇ ਜ਼ਰੂਰ ਬਣਾਓ ਕਿ ਤੁਹਾਨੂੰ ਕਲੀਅਰ ਹੋਵੇ ਕਿ ਜਿਹੜੀ ਕੈਲਸੀਨੇਸ਼ਨ ਹੁੰਦੀ ਹੈ ਉਹ ਕਿਹਦੇ ਲਈ ਹੁੰਦੀ ਹੈ ਉਹ ਕਾਰਬੋਨੇਟ ਔਰ ਲਈ ਹੁੰਦੀ ਹੈ ਅਤੇ ਜਿਹੜੀ ਰੋਸਟਿੰਗ ਹੁੰਦੀ ਹੈ ਉਹ ਕਿਹਦੇ ਲਈ ਹੁੰਦੀ ਹੈ ਜੀ ਸਲਫਾਈਡ ਔਰ ਲਈ ਜਦੋਂ ਕਾਰਬੋਨੇਟ ਔਰ ਦੀ ਆਪਾਂ ਉਹ ਕਰਦੇ ਸੀਗੇ ਕੀ ਕਹਿੰਦੇ ਕੈਲਸੀਨੇਸ਼ਨ ਉਹਨੂੰ ਡਾਇਰੈਕਟ ਹੀਟਿੰਗ ਕਰਦੇ ਸੀ ਯਾਨੀ ਕੈਲਸੀਨੇਸ਼ਨ ਆਫ ਕਾਰਬੋਨੇਟ ਔਰ ਇਟਸ ਆਕਸਾਈਡ ਬਾਈ ਹੀਟਿੰਗ ਸਟਰੋਂਗਲੀ ਇਨ ਲਿਮਿਟਿਡ ਏਅਰ ਬਸ ਇਹੀ ਗੱਲ ਯਾਦ ਰੱਖਣੀ ਹੈ ਡਿਫਰੈਂਸ ਆਉਂਦਾ ਇਹਨਾਂ ਦੇ ਵਿੱਚ ਰੋਸਟਿੰਗ ਅਤੇ ਕੈਲਸੀਨੇਸ਼ਨ 'ਚ ਬੇਟਾ ਜੀ ਪੇਪਰ 'ਚ ਅਤੇ ਮੈਂ ਅੱਗੇ ਜਾ ਕੇ ਤੁਹਾਨੂੰ ਉਹ ਵੀ ਦੱਸਾਂਗੀ ਪਰ ਮੈਂ ਇੱਥੇ ਤੁਹਾਨੂੰ ਇੱਕ ਦਿਖਾਉਣਾ ਚਾਹੁੰਦੀ ਹਾਂ ਕਿ ਇਟ ਇਜ਼ ਇਨ ਐਕਸੈਸ ਏਅਰ ਠੀਕ ਹੈ ਜੀ ਇਟ ਇਜ਼ ਇਨ ਐਕਸੈਸ ਏਅਰ ਐਂਡ ਇਟ ਇਜ਼ ਇਨ ਲਿਮਿਟਿਡ ਏਅਰ ਠੀਕ ਹੈ ਦੂਜੀ ਗੱਲ
ਤੁਸੀਂ ਯਾਦ ਰੱਖ ਸਕਦੇ ਹੋ ਸੀ ਫੋਰ ਕੈਲਸੀਨੇਸ਼ਨ ਐਂਡ ਸੀ ਫੋਰ ਕਾਰਬੋਨੇਟਸ ਠੀਕ ਹੈ ਅਤੇ ਰੋਸਟਿੰਗ ਇਹਦੇ ਲਈ ਆਪਾਂ ਕੀ ਕਹਿ ਸਕਦੇ ਹਾਂ ਇਹ ਸਲਫਾਈਡਸ ਲਈ ਹੁੰਦੀ ਹੈ ਐਗਜ਼ਾਮਪਲ ਦੇ ਸਕਦੇ ਹੋ ਤੁਸੀਂ ਜ਼ੈਡ ਐਨ ਐਸ ਦੀ ਇੱਥੇ ਦੇ ਸਕਦੇ ਹੋ ਇੱਥੇ ਜ਼ਿੰਕ ਕਾਰਬੋਨੇਟ ਦੀ ਦੇ ਸਕਦੇ ਹੋ ਜਦੋਂ ਜ਼ਿੰਕ ਕਾਰਬੋਨੇਟ ਹੀਟ ਕਰਦਾ ਦੇਰ ਇਜ਼ ਅ ਫੋਰਮੇਸ਼ਨ ਆਫ ਜ਼ਿੰਕ ਆਕਸਾਈਡ ਪਲੱਸ ਕਾਰਬਨ ਡਾਈਆਕਸਾਈਡ ਠੀਕ ਹੈ ਜੀ ਹੁਣ ਜਦੋਂ ਤੁਸੀਂ ਮਿਡਲ ਵਾਲਿਆਂ ਦਾ ਇਹਨਾਂ ਦਾ ਤੁਸੀਂ ਹੀਟ ਕਰਕੇ ਦੇਰ ਇਜ਼ ਅ ਫੋਰਮੇਸ਼ਨ ਆਫ ਜ਼ਿੰਕ ਆਕਸਾਈਡ ਅਤੇ ਕਾਰਬਨ ਡਾਈਆਕਸਾਈਡ ਉਸ ਤੋਂ ਬਾਅਦ ਤੁਸੀਂ ਇਹਨਾਂ ਦੀ ਰਿਡਕਸ਼ਨ ਕਰ ਸਕਦੇ ਹੋ ਰਿਡਕਸ਼ਨ ਹੁਣੇ ਆਪਾਂ ਪੜ੍ਹ ਰਹੇ ਹਾਂ ਚੈਪਟਰਸ ਲਘੂ ਕਰਨ ਠੀਕ ਹੈ ਜੀ ਉਹ ਕਿੱਦਾਂ ਕਰ ਸਕਦੇ ਹੋ ਤੁਸੀਂ ਲਘੂ ਕਰਨ ਇਹਨਾਂ ਦਾ ਤੁਸੀਂ ਲਘੂ ਕਰਨ ਦੀ ਵਰਤੋਂ ਕਰਕੇ ਜਿਹੜਾ ਆਕਸਾਈਡ ਹੈ ਯਾਨੀ ਕਿ ਜ਼ਿੰਕ ਆਕਸਾਈਡ ਹੈ ਉਸ ਤੋਂ ਧਾਤ ਪ੍ਰਾਪਤ ਕਰ ਸਕਦੇ ਹੋ ਐਂਡ ਇਟ ਇਜ਼ ਹੈਪਨ ਲਾਈਕ ਦ ਰਿਡਿਊਸਿੰਗ ਏਜੰਟ ਯੂਜ਼ ਕਰ ਸਕਦੇ ਹੋ ਤੁਸੀਂ ਕਾਰਬਨ ਠੀਕ ਹੈ ਜੀ ਕਾਰਬਨ ਵਰਗੇ ਰਿਡਿਊਸਿੰਗ ਏਜੰਟ ਯੂਜ਼ ਕਰਕੇ ਤੁਸੀਂ ਜ਼ਿੰਕ ਆਕਸਾਈਡ ਨੂੰ ਰਿਡਿਊਸ ਕਰ ਦਿੱਤਾ ਜ਼ਿੰਕ ਪਲੱਸ ਸੀ ਠੀਕ ਹੈ ਇਹ ਤਿੰਨ ਜਿਹੜੇ ਪ੍ਰੋਸੈਸ ਸੀ ਤੁਹਾਡੇ ਹੋ ਸਕਦੇ ਸਿਮੀਲਰਲੀ ਤੁਸੀਂ ਕਾਰਬਨ ਦੀ ਵਰਤੋਂ ਕਰਕੇ ਹੋਰ ਵੀ ਚੀਜ਼ਾਂ ਦਾ ਲਘੂਕਰਨ ਕਰ ਸਕਦੇ ਹੋ ਸੋਡੀਅਮ ਕੈਲਸ਼ੀਅਮ ਅਲਮੀਨੀਅਮ ਨੂੰ ਵੀ ਤੁਸੀਂ ਲਘੂਕਾਰਕ ਵਜੋਂ ਵਰਤਿਆ ਜਾ ਸਕਦਾ ਕਿਉਂਕਿ ਇਹ ਘੱਟ ਕਿਰਿਆਸ਼ੀਲਤਾ ਵਾਲੀਆਂ ਧਾਤਾਂ ਨੂੰ ਉਹਨਾਂ ਦੇ ਯੋਗਿਕਾਂ ਵਿੱਚੋਂ ਵਿਸਥਾਪਿਤ ਕਰ ਦਿੰਦੇ ਨੇ ਤੋ ਦੀਜ਼ ਆਰ ਵੈਰੀ ਇੰਪੋਰਟੈਂਟ ਥਿੰਗਸ ਜਿਹੜੀਆਂ ਤੁਹਾਨੂੰ ਸਮਝਣੀਆਂ ਬਹੁਤ ਇੰਪੋਰਟੈਂਟ ਹੈ ਠੀਕ ਹੈ ਨਾ ਔਰ ਇਹ ਤੁਸੀਂ ਜਾਣਨਾ ਹੈ ਹੁਣ ਜਿਹੜੀ ਲਾਸਟ ਚੀਜ਼ ਹੈ ਜਿਹੜੀ ਬਹੁਤ ਹੀ ਇੰਪੋਰਟੈਂਟ ਹੈ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਮਤਲਬ ਧਾਤਾਂ ਦਾ ਸ਼ੁੱਧੀਕਰਨ ਕਿੱਦਾਂ ਕਰਨਾ ਹੈ ਰਿਫਾਈਨਿੰਗ ਆਫ ਮੈਟਲਸ ਮਤਲਬ ਕਿੱਦਾਂ ਕਰਨੇ ਹੈ ਦਿਸ ਪ੍ਰੋਸੈਸ ਇਜ਼ ਵੈਰੀ ਇੰਪੋਰਟੈਂਟ ਫੋਰ ਦੈਟ ਜਿਹਨੂੰ ਆਪਾਂ ਕਹਿੰਦੇ ਧਾਤਾਂ ਦਾ ਸ਼ੁੱਧੀਕਰਨ ਇਹਦਾ ਮੈਂ ਤੁਹਾਨੂੰ ਇੱਕ ਬਰੀਫ ਜਿਹਾ ਅੱਜ ਤੁਹਾਨੂੰ ਆਈਡੀਆ ਦੇ ਦਿੰਦੀ ਹਾਂ ਜੇ ਤੁਹਾਨੂੰ ਕੋਈ ਪ੍ਰੋਬਲਮ ਹੋਈ ਤਾਂ ਆਈਲ ਟੇਕ ਇਟ ਟੁਮੋਰੋ ਆਲਸੋ ਇੱਕ ਵਾਰੀ ਤੁਹਾਨੂੰ ਰਿਵਾਈਜ਼ ਕਰਾ ਦਾਂਗੀ ਇਹ ਜੀ ਮੋਸਟ ਵਾਈਡਲੀ ਮੈਥਡ ਹੈ ਜਿਹੜਾ ਆਪਾਂ ਰਿਫਾਈਨ ਕਰਦੇ ਹਾਂ ਇਮਪਿਓਰ ਮੈਟਲ ਨੂੰ ਜਿਹਨੂੰ ਆਪਾਂ ਇਲੈਕਟ੍ਰੋਲਿਟਿਕ ਰਿਫਾਈਨਿੰਗ ਕਹਿੰਦੇ ਹਾਂ ਯਾਨੀ ਕਿ ਬਿਜਲ ਅਪਕਟਨੀ ਵਿਧੀ ਕੀ ਕਹਿੰਦੇ ਹਾਂ ਜੀ ਪੰਜਾਬੀ ਮੀਡੀਅਮ ਬਿਜਲ ਅਪਕਟਨੀ ਵਿਧੀ ਕੀ ਕਹਿੰਦੇ ਹਾਂ ਅਪਕਟਨੀ ਵਿਧੀ ਇਹਦੇ 'ਚ ਆਪਾਂ ਜੀ ਇੱਕ ਤੁਹਾਨੂੰ ਐਸ ਸੱਚ ਪਤਾ ਹੀ ਹੈ ਜੀ ਛੋਟੀਆਂ ਕਲਾਸਾਂ 'ਚ ਵੀ ਪੜ੍ਹਦੇ ਹਾਂ ਐਨੋਡ ਇੱਕ ਕਿਥੋੜ ਲੈਂਦੇ ਹਾਂ ਠੀਕ ਹੈ ਜੀ ਐਨੋਡ ਪੋਜ਼ੀਟਿਵਲੀ ਚਾਰਜ ਕਿਥੋੜ ਨੈਗੇਟਿਵਲੀ ਚਾਰਜ ਪੋਜ਼ੀਟਿਵ ਚਾਰਜ ਠੀਕ ਹੈ ਜੀ ਐਨੋਡ ਲੈਂਦੇ ਹਾਂ ਉਹ ਤੋਂ ਬਾਅਦ ਜੀ ਅਸੀਂ ਸਵਿੱਚ ਲਾ ਦਿੰਦੇ ਹਾਂ ਐਸ ਸੱਚ ਇੱਥੇ ਸਾਡੀ ਬੈਟਰੀ ਹੈ ਆਹ ਸਾਡੀਆਂ ਕੀ ਹੈ ਇਲੈਕਟ੍ਰੋਡਸ ਹੈ ਟੈਂਕ ਹੈ ਠੀਕ ਹੈ ਜੀ ਐਸਿਡੀਫਾਈਡ ਕਾਪਰ ਸਲਫੇਟ ਨੂੰ ਆਪਾਂ ਐਜ਼ ਅ ਇਲੈਕਟ੍ਰੋਲਾਈਟ ਲੈ ਲੈਂਦੇ ਹਾਂ ਕਿਹਨੂੰ ਲਿਆ ਜੀ ਐਸਿਡੀਫਾਈਡ ਕਾਪਰ ਸਲਫੇਟ ਨੂੰ ਇਸ ਵਿੱਚ ਕੀ ਹੁੰਦਾ ਜੀ ਹੁਣ ਦੇਖੋ ਜੀ ਐਨੋਡ ਆਪਾਂ ਜਿਹੜਾ ਲੈਂਦੇ ਹਾਂ ਨਾ ਉਹ ਲੈਂਦੇ ਹਾਂ ਇਮਪਿਓਰ ਕਾਪਰ ਠੀਕ ਹੈ ਜੀ ਐਨੋਡ ਆਪਾਂ ਕੀ ਲੈਂਦੇ ਹਾਂ ਇਮਪਿਓਰ ਕਾਪਰ ਠੀਕ ਹੈ ਅਤੇ ਕਿਥੋੜ ਆਪਾਂ ਕੀ ਲੈਂਦੇ ਹਾਂ ਪਿਓਰ ਹੁਣ ਕੀ ਹੋਏਗਾ ਜਦੋਂ ਅਸੀਂ ਇਲੈਕਟ੍ਰਿਸਿਟੀ ਪਾਸ ਕਰਾਂਗੇ ਤੇ ਜਦੋਂ ਕਰੰਟ ਆਪਾਂ ਪਾਸ ਕਰਾਂਗੇ ਜਿਹੜੀ ਇਮਪਿਓਰ ਮੈਟਲ ਫਰੋਮ ਐਨੋਡ ਹੈ ਉਹ ਡਿਜ਼ੋਲਵ ਹੋਣੀ ਸ਼ੁਰੂ ਹੋ ਜਾਏਗੀ ਟੁੱਟਣੀ ਸ਼ੁਰੂ ਹੋ ਜਾਏਗੀ ਜਦੋਂ ਇਹ ਡਿਜ਼ੋਲਵ ਹੋਣੀ ਸ਼ੁਰੂ ਹੋ ਗਈ ਉਹ ਇਲੈਕਟ੍ਰੋਲਾਈਟ 'ਚ ਡਿਜ਼ੋਲਵ ਹੋ ਜਾਏਗੀ ਅਤੇ ਉਹਦੇ ਨਾਲ ਉਹ ਕਿਹਦੇ ਵੱਲ ਮੂਵ ਕਰਨੀ ਸ਼ੁਰੂ ਹੋ ਜਾਏਗੀ ਉਹ ਕਿਹਦੇ ਵੱਲ ਮੂਵ ਸ਼ੁਰੂ ਹੋ ਜਾਏਗੀ ਉਹ ਮੂਵ ਟੂਵਰਡਸ ਇਲੈਕਟ੍ਰੋਲਾਈਟ ਡਿਜ਼ੋਲਵ ਹੋ ਕੇ ਉਹ ਮੂਵ ਹੋਣੀ ਸ਼ੁਰੂ ਹੋ ਜਾਏਗੀ ਕਿਥੋੜ ਵੱਲ ਜਦੋਂ ਤੁਸੀਂ ਇਕੁਲੈਂਟ ਅਮਾਊਂਟ ਆਫ ਪਿਓਰ ਮੈਟਲ ਫਰੋਮ ਇਲੈਕਟ੍ਰੋਲਾਈਟ ਇਜ਼ ਡਿਪੋਜ਼ਿਟਡ ਹੈ ਕਿਥੋੜ ਆ ਦੇਖੋ ਜੀ ਆ ਸਿਮੀਲਰਲੀ ਜਿਹੜਾ ਪਿਓਰ ਹੈ ਉਹ ਕਿਥੋੜ 'ਤੇ ਡਿਪੋਜ਼ਿਟ ਹੋਣੇ ਲੱਗ ਪਏਗਾ ਜਿਹੜੀਆਂ ਇੰਪਿਓਰਿਟੀਜ਼ ਹੈ ਉਹ ਤੁਹਾਡੀਆਂ ਥੱਲੇ ਇਕੱਠੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ ਜਿਹਨੂੰ ਤੁਸੀਂ ਕੀ ਕਹਿ ਦਿੰਦੇ ਹੋ ਇਨਸੋਲੇਬਲ ਇੰਪਿਓਰਿਟੀਜ਼ ਸੈਟਲ ਡਾਊਨ ਦਾ ਬੋਟਮ ਜਿਹਨੂੰ ਤੁਸੀਂ ਕੀ ਕਹਿ ਦਿੰਦੇ ਹੋ ਐਨੋਡ ਮੱਡ ਜਾਂ ਪੰਜਾਬੀ 'ਚ ਤੁਸੀਂ ਕਹਿ ਦਿੰਦੇ ਹੋ ਐਨੋਡ ਗਾਦ ਠੀਕ ਹੈ ਜੀ ਗਾਦ ਠੀਕ ਹੈ ਨਾ ਕੀ ਸਿੰਪਲ ਜੀ ਗੱਲ ਹੈ ਬਿਜਲ ਅਪਘਟਨ ਵਿੱਚ ਕੀ ਹੁੰਦਾ ਕਿ ਜਦੋਂ ਵੀ ਬਿਜਲੀ ਲਗਵਾਈ ਜਾਂਦੀ ਹੈ ਐਨੋਡ ਤੋਂ ਸ਼ੁੱਧ ਧਾਤ ਬਿਜਲ ਅਪਘਟਨ ਵਿੱਚ ਘੁਲ ਜਾਂਦੀ ਹੈ ਇਹਦੇ ਵਿੱਚ ਘੁਲ ਜਾਂਦੀ ਕਾਪਰ ਸਲਫੇਟ ਦੇ ਵਿੱਚ ਔਰ ਜਦੋਂ ਇਹਦੀ ਮਾਤਰਾ ਵਿੱਚ ਸ਼ੁੱਧ ਧਾਤ ਜਿੰਨੀ ਹੁੰਦੀ ਹੈ ਉਹ ਕਿਥੋੜ 'ਤੇ ਜੰਮੀ ਜਾਂਦੀ ਘੁਲਨਸ਼ੀਲ ਜਿਹੜੀਆਂ ਅਸ਼ੁੱਧੀਆਂ ਤੁਹਾਡੀਆਂ ਇੱਥੇ ਇਕੱਠੀਆਂ ਹੋ ਜਾਂਦੀਆਂ ਜਿਹਨੂੰ ਤੁਸੀਂ ਐਨੋਡ ਮੱਡ ਕਹਿ ਦਿੰਦੇ ਹੋ ਇਨ ਦਿਸ ਵੇ ਯੂ ਕੈਨ ਈਜ਼ੀਲੀ ਯੂਜ਼ ਦ ਰਿਫਾਈਨਿੰਗ ਟੂ ਪਿਓਰ ਟੂ ਮੇਕ ਯੂਅਰ ਮੈਟਲ ਇਨ ਪਿਓਰ ਫੋਰਮ ਠੀਕ ਹੈ ਨਾ ਆਹ ਜਿਹੜਾ ਅੱਜ ਦਾ ਟੋਪਿਕ ਮੈਂ ਤੁਹਾਡੇ ਨਾਲ ਡਿਸਕਸ ਕੀਤਾ ਕਿ ਸਮ ਇੰਪੋਰਟੈਂਟ ਇਹਦੇ 'ਚ ਮੇਨ ਜਿਹੜੀ ਤੁਹਾਡੇ ਪੇਪਰ 'ਚ ਤਿੰਨ ਕੁਸ਼ਚਨ ਬਹੁਤ ਹੀ ਇੰਪੋਰਟੈਂਟ ਹੈ ਜਿਹੜੇ ਤਿੰਨ ਕੁਸ਼ਚਨ ਤੁਸੀਂ ਕਰਨੇ ਹੀ ਕਰਨੇ ਆ ਫੋਰ ਪੇਪਰ ਜੇ ਮੈਂ ਤੁਹਾਨੂੰ ਕਹਾਂ ਐਨ ਟੀ ਐੱਸ ਸੀ ਜੇ ਮੈਂ ਤੁਹਾਨੂੰ ਪਾਸ ਕਹਾਂ ਤਾਂ ਉੱਥੇ ਐਨੋਡ ਕਾਹਦੀ ਹੈ ਕਠੋਦ ਕਾਹਦੀ ਹੈ ਆਲ ਦੈਟ ਕੁਸ਼ਚਨਸ ਆ ਸਕਦੇ ਆ ਕੁਸ਼ਚਨ ਆ ਸਕਦਾ ਕਿ ਰਿਐਕਟੀਵਿਟੀ ਲੋ ਲਈ ਕਿਹੜੀ ਤੁਸੀਂ ਯੂਜ਼ ਕਰਦੇ ਹੋ ਰਿਐਕਟੀਵਿਟੀ ਅਬਵ ਲਈ ਕਿਹੜੀ ਯੂਜ਼ ਕਰਦੇ ਹੋ ਪਰ ਜਿਹੜੀ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਤਿੰਨ ਕੁਸ਼ਚਨ ਜਿਹੜੇ ਤੁਸੀਂ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਨਾਲ ਕਰਨਾ ਪਹਿਲਾਂ ਤਾਂ ਕਰਨਾ ਜੀ ਮਿਨਰਲ ਅਤੇ ਓਰ 'ਚ ਡਿਫਰੈਂਸ ਠੀਕ ਹੈ ਦੂਜਾ ਤੁਸੀਂ ਕਰਨਾ ਰੋਸਟਿੰਗ ਅਤੇ ਕੈਲਸੀਨੇਸ਼ਨ 'ਚ ਡਿਫਰੈਂਸ ਕੀ ਕਰਨਾ ਜੀ ਰੋਸਟਿੰਗ ਅਤੇ ਕੈਲਸੀਨੇਸ਼ਨ 'ਚ ਡਿਫਰੈਂਸ ਔਰ ਤੀਜਾ ਤੁਸੀਂ ਕੀ ਕਰਨਾ ਜੀ ਤੀਜਾ ਤੁਸੀਂ ਕਰਨਾ ਹੈ ਰਿਫਾਈਨਿੰਗ ਆਫ ਮੈਟਲ
ਇੰਨਾ ਚੋਂ ਪੇਪਰ 'ਚ ਕੁਸ਼ਚਨ 101% ਆਈ ਕੈਨ ਰਾਈਟ 101% ਇਹਨਾਂ 'ਚੋਂ ਪੇਪਰ 'ਚ ਕੁਸ਼ਚਨ ਆਏਗਾ ਔਰ ਹਾਂ ਅਗਰ ਤੁਸੀਂ 5 ਨੰਬਰ ਦੀ ਉਮੀਦ ਕਰ ਰਹੇ ਹੋ ਤਾਂ ਪੂਰੀ ਤੁਹਾਡੀ ਜਿਹੜੀ ਹੈ ਪ੍ਰੋਸੀਜਰ ਆ ਜਾਏਗਾ ਪੂਰਾ ਪ੍ਰੋਸੀਜਰ ਕਿਹੜਾ ਜਿਹੜਾ ਆਪਾਂ ਪਰਸੋਂ ਤੋਂ ਡਿਸਕਸ ਕਰ ਰਹੇ ਹਾਂ ਜਿਹਨੂੰ ਸਾਨੂੰ 3 ਦਿਨ ਹੋ ਗਿਆ ਡਿਸਕਸ ਕਰਦੇ ਕਿ ਧਾਤਾਂ ਦੇ ਪ੍ਰਾਪਤੀ ਸਥਾਨ ਮਤਲਬ ਐਕਸਟ੍ਰੈਕਸ਼ਨ ਆਫ ਮੈਟਲਸ ਔਰ ਵੀ ਕੈਨ ਸੇ ਅਕਰੰਸ ਆਫ ਮੈਟਲਸ ਠੀਕ ਹੈ ਇਹਨਾਂ ਨੂੰ ਤੁਸੀਂ ਕਾਪੀ 'ਤੇ ਪੁਆਇੰਟ ਆਊਟ ਪੈਨ ਡਾਊਨ ਕਰ ਲਓ ਇਹਨਾਂ ਨੂੰ ਕਾਪੀ 'ਤੇ ਔਰ ਇਹ ਕਿਸੇ ਵੀ ਟਾਈਮ ਮਤਲਬ ਤੁਸੀਂ ਇਹਦੇ ਨੋਟਸ ਬਣਾ ਲਓ ਤੁਸੀਂ ਈਜ਼ੀਲੀ ਪੜ੍ਹ ਸਕਦੇ ਹੋ ਇਹਨਾਂ ਨੂੰ ਅੱਗੇ ਜਿਹੜਾ ਇਸ ਚੈਪਟਰ ਦਾ ਲਾਸਟ ਟੋਪਿਕ ਹੈ ਖੋਰਨ ਦੈਟ ਇਜ਼ ਕਰੋਜਨ ਉਹਨੂੰ ਮੈਂ ਕੱਲ੍ਹ ਦੇ ਲੈਕਚਰ 'ਚ ਕਵਰ ਕਰਾਂਗੀ ਉਦੋਂ ਤੱਕ ਰਿਵਾਈਜ਼ ਦੀਜ਼ ਲੈਕਚਰ NTSC ਦੀ ਤਿਆਰੀ ਕਰੋ ਪੈਸ ਦੀ ਤਿਆਰੀ ਕਰੋ ਵੀ ਆਲ ਆਰ ਵਿਦ ਯੂ ਟਿਲ ਦੈਨ ਗੁੱਡ ਬਾਏ ਬੇਟਾ